हाँ जी, सत श्रीकाल जी सारिआं नूं। ते उम्मीद करदे आ सारिआं ने वधिया होवोगे, ते आपां कैंडी कैंड आ। ते सत श्रीकाल जी सारिआं नूं। तुसीं खप पा लो पहिलां। किदां, ठीक ठाक सारे? ते मरना ते लोक खप आ गए। ते टोपी बड़ी, ओह माय गॉड, ओह माय गॉड, माय रंग इज वेरी वेरी ब्रावो। मैनूं कुछ बोल लैन दो भरावा, मुछ तेरी नहीं हैगी, क्यों झाड़ लैनी? जिहड़े दो गवाल हैगे तू भी झाड़ लैने जिने जिने नहीं वेखे पहला जाके वेखो ਵਿੱਚ ਆ ਨਾ ਛੱਡਿਓ ਚੈਨਲ ਤੇ ਨਾ ਨਾ ਇੱਥੇ ਕੋਈ ਨਹੀਂ ਰੋਕ ਜੋ ਫਿਰ ਆ ਜਾਓ ਇੱਥੇ ਕੋਈ ਚੱਕਰ ਹਾਂ ਤੇ ਵੇਖੋ ਜਾ ਕੇ ਧੁੱਪ ਬੜੀ ਯਾਰ ਤੇ ਚਲੋ ਕੁੜੀਆਂ ਬਣਾਉਂਦੀਆਂ ਹੁੰਦੀਆਂ ਨਾ ਯਾਰ ਸਟਾਈਲ ਬੋਦੀ ਕੱਲ ਦਾ ਹਨਾ ਫਸਟ ਡੇ ਹੀ ਆਪਣਾ ਖਾਨਪੜ ਸਾਹਿਬ ਦਾ ਤੇ ਅੱਜ ਸੈਕਿੰਡ ਡੇ ਆ ਸੋ ਕੱਲ ਵਾਲਾ ਆਪਣੇ ਵਾਲੇ ਚੈਨਲ ਤੇ ਆ ਚੁੱਕਾ ਨਾਮ ਹੈ ਪੀ ਭੁੱਲਰ ਵਾਲੇ ਤੇ ਸੋ ਹੁਣ ਸੈਕਿੰਡ ਵਾਲਾ ਫਿਰ ਕਹਿਣਗੇ ਆਈਫੋਨ ਉਖਾਉਂਦਾ ਸਾਨੂੰ ਇਹ ਚ ਪਾ ਲੈਂਦੇ ਮੈਨੂੰ ਸਾਡਾ ਅੱਜ ਦੂਜੇ ਦਿਨ ਦਾ ਵਲੋਗ ਉਹਨਾਂ ਚੈਨਲ 'ਤੇ ਆਊਗਾ ਕਿਉਂਕਿ ਮੇਰੇ ਹੱਥ ਖੜ੍ਹੇ ਹੋ ਚੁੱਕੇ ਆ ਮੈਂ ਦੋ ਦਿਨ ਲਗਾਤਾਰ ਐਡਿਟ ਕੀਤੇ ਆ ਵਲੋਗ ਅਤੇ ਅਪਲੋਡ ਕੀਤੇ ਆ ਸੋ ਹੁਣ ਆਪਣੇ ਤੋਂ ਨਹੀਂ ਹੁੰਦਾ ਆਪਣੇ ਹੱਥ ਖੜ੍ਹੇ ਅੱਜ ਆ ਖਾਸ ਡਾਕਟਰ ਕਿੱਥੇ ਲੱਗੀ ਹੋਏ ਡਾਕਟਰ ਅਤੇ ਹੁਣ ਇਹ ਇਸੇ 'ਤੇ ਇੱਥੋਂ ਨੈਕਸਟ ਕੱਲ੍ਹ ਵਾਲਾ ਵਲੋਗ ਮੈਨੂੰ ਲੱਗਦਾ ਮੇਰੇ ਵਾਲੇ 'ਤੇ ਹੀ ਆਊਗਾ ਹੈ ਨਾ ਉਹ ਆਪਣੇ ਨਾਵੇਂ ਪੀ ਵਾਲੇ 'ਤੇ ਹੀ ਆਊਗਾ ਸੋ ਪਹਿਲਾਂ ਤਾਂ ਇਹਨੂੰ ਸਾਰੇ ਲਾਈਕ ਕਰੋ ਕਮੈਂਟ ਕਰੋ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਸਾਰੇ ਇੰਸਟਾਗ੍ਰਾਮ ਹੈਂਡਲਸ ਵਗੈਰਾ ਸਾਰੀਆਂ ਚੀਜ਼ਾਂ ਦੇ ਲਿੰਕ ਹੈਗੇ ਆ ਸੋ ਜਲਦੀ ਜਲਦੀ ਫੋਲੋ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਦੱਸੋ ਇਹ ਵਾਲੀ ਸੀਰੀਜ਼ ਕਿਵੇਂ ਲੱਗਦੀ ਪਈ ਸਾਡੀ ਅਤੇ ਆਹ ਮੁੰਡੇ ਨੇ ਵਲੋਗਿੰਗ ਸਟਾਰਟ ਕੀਤੀ ਅਤੇ ਇਹਦੇ ਚੈਨਲ ਦਾ ਲਿੰਕ ਥੱਲੇ ਦਿੱਤਾ ਹੋਇਆ ਜਲਦੀ ਜਲਦੀ ਜਾਓ ਸਬਸਕ੍ਰਾਈਬ ਕਰੋ ਇਹਨੂੰ ਵੀ ਚੈਨਲ ਦਾ ਲਿੰਕ ਗੁਰਪ੍ਰੀਤ ਭੁੱਲਰ ਵਲੋਗਸ ਇਹੀ ਹੈ ਨਾ ਤੂੰ ਹੀ ਸੀ ਨੀ ਤੂੰ ਬਣਾਇਆ ਸੀ ਕਹਿੰਦਾ ਤੂੰ ਹੀ ਸੀ ਮੈਂ ਹੀ ਨਹੀਂ ਸੀ ਤੇ ਚਲੋ ਆਪਾਂ ਮਿਲਦੇ ਹਾਂ ਅੱਗੇ ਓਕੇ ਬਾਏ ਓ ਤੂੰ ਛੁੱਟੀ ਮਾਰਨੀ ਆ ਜਾ ਘਰੇ ਜਾ ਕੇ ਰੋ ਫਿਰ ਸ਼ਨੀਵਾਰ ਨੀ ਤੇ ਸਕੂਲੇ ਆਈ ਤੂੰ ਚੱਲਾਂ ਤੇ ਕੱਲ ਨੂੰ ਤੇ ਐਤਵਾਰ ਇਹ ਕਦੀ ਅਰਜੀ ਅੱਜ ਦੀ ਇਹ ਭਰਾਵਾ ਅੱਜ ਦੀ ਲੀਗੀ ਬੈਠਾ ਯਾਰ ਤਾਂ ਹੋਇਆ ਬੈਠਾ ਪਹਿਲਾਂ ਮੈਨੂੰ ਇਹ ਓਏ ਪਹਿਲਾਂ ਕਮੈਂਟ ਕਰਕੇ ਦੱਸੋ ਕੌਣ ਕੌਣ ਐਵੇਂ ਲਿਖਦਾ ਹੁੰਦਾ ਇਹ ਮੈਂ ਤਾਂ ਲਿਖਦਾ ਹੁੰਦਾ ਇਹ ਜੂੜੀ ਕੰਮ ਨਹੀਂ ਅੱਜੀ ਗੁਰੂਆ ਜੀ ਸੇਵਾ ਦੇ ਪ੍ਰਿੰਸੀਪਲ ਜੀ ਮੈਂ ਸਿੱਕਲੀ ਵੀ ਲਿਖਦਾ ਹੁੰਦਾ ਹੈ ਕਿ ਗੁਰੂਆ ਬੜਾ ਕਹਿੰਦ ਸਕੂਲ ਦੀ ਅੰਗਰੇਜ਼ੀ ਇੰਗਲਿਸ਼ ਲਿਖਿਆ ਕਰੋ ਐਪਲੀਕੇਸ਼ਨ ਮੈਂ ਸਿੱਕਲੀ ਵੀ ਲਿਖਦਾ ਹੁੰਦਾ ਨਿੱਕੀ ਜੀ ਮਲਾਣਾ ਖਾਸ ਸ਼੍ਰੀਮਾਨ ਜੀ ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ 8ਵੀਂ ਘਰ ਵਿੱਚ ਇੱਕ ਜ਼ਰੂਰੀ ਕੰਮ ਪੈ ਗਿਆ ਹੈ ਇਸ ਲਈ ਮੈਂ ਕਿੱਥੇ ਆ ਇਸ ਲਈ ਮੈਂ ਸਕੂਲ ਵਿੱਚ ਹਾਜ਼ਰ ਇੱਥੇ ਕਿਰਪਾ ਕਰਕੇ ਘੁੱਗੀ ਆਪੇ ਮਾਰੀ ਉਹਨੇ ਆਵੇਂ ਘੁੱਗੀ ਭਰਾਵਾ ਇਹਦਾ ਤੇਰੇ ਡੈਡੀ ਨੇ ਕੀਤਾ ਐਪਲੀਕੇਸ਼ਨ ਲਿਖਣ ਦੀ ਡੇਟ ਹੋਈ ਗਈ ਮੈਂ ਇੰਨੀ ਤਰੀਕ ਨੂੰ ਐਪਲੀਕੇਸ਼ਨ ਲਿਖੀ ਇਹ ਦੱਸ ਕਿ ਛੁੱਟੀ ਕਿੰਨੀ ਤਰੀਕ ਨੂੰ ਚਾਹੀਦੀ ਹੈ ਨਹੀਂ ਨਹੀਂ ਉਹ ਐਪਲੀਕੇਸ਼ਨ ਦੇ ਵਿੱਚ ਸਲੋਕ ਦਇਆ ਕਰਨ ਦੁਕਾਨ ਵਿਚਰਨ ਨਾਮ ਕੀਰਤਨ ਦਿਆਲ ਮੈਂ ਬਵਾਂ ਫਿਰ ਤੂੰ ਤਾਂ ਬਹਿਣਾ ਪਰ ਬਾਬਿਆਂ ਨੂੰ ਰਹਿਣ ਦੇ ਨੇ ਖਮੋਲ ਨੂੰ ਮੈਂ ਖਾਣਾ ਬਈ ਨਾ ਤੂੰ ਬਾਬੇ ਨੂੰ ਤਾਂ ਹਾਂਜੀ ਆਪਾਂ ਹੋ ਗਏ ਤਿਆਰ ਤੇ ਰੋਟੀ ਪਾਣੀ ਇੱਕ ਰੀ ਛਕ ਲਿਆ ਆਪਾਂ ਤੇ ਹੁਣ ਆਪਾਂ ਚੱਲੇ ਆ ਮਲਾਣਿਆਂ ਨੂੰ ਉਹ ਜੇ ਡਿੱਗ ਡੁੱਗ ਪਿਆ ਨਾ ਦੰਦ ਹੀ ਬਾਹਰ ਆਉਣੇ ਜਿਹੜੇ ਚਿੱਟੇ ਚਿੱਟੇ ਜੇ ਕੱਢਦਾ ਵਾਰੀ ਵਾਰੀ ਗੱਲ ਗੱਲ ਤੇ ਗੁਲਾਬੀ ਗੁਲਾਬੀ ਜੇ ਬੱਲੇ ਮਾਰਿਆ ਚੱਲ ਮਾਣੇ ਅੰਦਰ ਬਹਿ ਬਾਬੇ ਕੋਲ ਜਾ ਕੇ ਸੇਵਾ ਕਰ ਲਾਂਗੇ ਅਸੀਂ ਚੱਲ ਵੀਰ ਚੱਲਿਆ ਮੈਂ ਐਵੇਂ ਘਰੇ ਚੱਲਿਆ ਐਡੀ ਛੇਤੀ ਹਜੇ ਤੇ ਇੱਕ ਰਾਤ ਹੀ ਹੋਈ ਹੈ ਆ ਗਈ ਆਂਦੇ ਰਾਜੂ ਆ ਆਂਦਾ ਮੈਂ ਘਰੇ ਚੱਲਾਂ ਓਏ ਇੱਕ ਰਾਤ ਹੀ ਚੱਲਾਈਏ ਤੇ ਘਰੇ ਕਿ ਸੱਜਣਾ ਇਹ ਤਾਂ ਕੋਈ ਗੱਲ ਨਹੀਂ ਨਾ
ਸ਼ਾਵਾ ਪਿਸ਼ਾਵਾ ਸ਼ਕਤੀਮਾਨ ਆ ਸ਼ਕਤੀਮਾਨ ਓ ਅੱਗੇ ਨੂੰ ਲਾਰ ਹੋ ਗਈ ਗੱਡੀ ਜਾਂਦੇ ਮਾਰ ਜਾ ਵੀ ਲੈ ਕੇ ਜਾ ਬੱਲੇ ਮਾਣਿਆ ਖਿੱਚਦੇ ਕੰਮ ਤੇਰੇ ਆਸਰੇ ਹੀ ਸਾਰੀਆਂ ਕਰਦੇ ਤੂੰ ਮੇਰੇ ਪੈਰ ਘੁੱਟ ਤੇਰੀ ਡਿਮਾਂਡ ਤੇ ਸੌਣ ਲੱਗੇ ਦੋ ਘੰਟੇ ਹੋ ਗਏ ਬਾਜ਼ਾਰ ਦੀ ਇੱਕ ਵੀ ਦੁਕਾਨ ਨਹੀਂ ਛੱਡੀ ਦੂਜੀ ਵਾਰੀ ਘੁੰਮ ਕੇ ਵੀ ਤੇ ਹੁਣ ਗੱਲ ਕਰਕੇ ਆਇਆ ਵੀਰ ਜੇ ਮਿਸ ਹੋ ਗਏ ਤੇ ਅਸੀਂ ਹਾਂ ਮੈਂ ਵਲੌਗਿੰਗ ਕਰਨੀ ਵੀਰ ਮੈਂ ਤੈਨੂੰ ਲੈ ਕੇ ਵੀਡੀਓ ਵਿਖਾ ਦੇਣੀ ਕੀ ਕਹਿੰਦਾ ਤੇ ਕਹਿੰਦਾ ਅੱਜ ਤੱਕ ਇੱਕ ਵੀ ਨਹੀਂ ਨਿਕਲਿਆ ਕਦੀ ਤੇ ਗੁਰੂ ਆ ਦੂਜੀ ਵਾਰੀ ਜਾ ਕੇ ਰੱਬ ਨੂੰ ਇੱਕ ਦੁਕਾਨ ਰਹਿ ਗਈ ਸੀ ਮੇਰੀ ਨਜ਼ਰ ਪਈ ਦੂਜਾ ਕਿਹੜਾ ਮਾਰਦੇ ਆ ਮਹਾ ਰਹਿ ਗਈ ਇਹਨੂੰ ਪੁੱਛ ਲਈਏ ਫਿਰ ਉਹ ਕਹਿੰਦਾ ਹੇ ਇੱਕ ਹੀ ਆ ਉਹ ਮੈਂ ਵੀ ਕਿ ਸਾਹ ਕਹਿੰਦਾ 60 ਸ਼ਾਟ ਇੱਕ ਹੀ ਆ ਮਹੱਲੇ ਪੇ ਥੱਲੜਾ 60 ਵਾਲਾ ਆਹੋ ਮਾਂ ਬੇੜਾ ਹੀ ਕਰਕ ਤੇ ਉਤੋਂ ਫੁੱਲ ਚੜ ਗਈ ਹੈ ਕੱਢੂਗਾ ਪੁੱਛੇ ਯਾਰ ਕਿਤੇ ਸੀੜੀ ਵਾਲੇ ਦੇ ਨਹੀਂ ਕੱਢੂਗਾ ਯਾਰ ਤੇ ਉੱਤੇ ਜਾ ਤੇ ਮੈਨੂੰ ਕਹਿੰਦਾ ਕਹਿੰਦਾ ਨਹੀਂ 60 ਵਾਲਾ ਇੱਕ ਆ 30 ਦੀ ਵਾਲੇ ਬਥੇਰੇ ਪਏ ਆ ਫਿਰ ਲੈ ਤੇ ਚਲੋ ਇੱਥੇ ਨਹੀਂ ਛੱਡ ਕੇ ਚੱਲ ਜਾਣਾ ਸਬਸਕ੍ਰਾਈਬ ਕਰ ਲਓ ਯਾਰ ਨਹੀਂ ਰੋਕ ਹੈਪੀ ਹੋ ਰਿਹਾ ਉਹ ਮੰਗੋਰਾ ਨਹੀਂ ਹੁੰਦਾ ਮੰਗੋਰਾ ਵੀਰ ਸੋਹਣਿਆ ਇੱਥੋਂ ਹੀ ਨਹੀਂ ਛੱਡ ਕੇ ਚੱਲ ਜਾਣਾ ਅੱਗੇ ਅੱਗੇ ਵੇਖਿਓ ਯਾਰ ਹੁਣ ਤਾਂ ਇੰਜੋਏ ਕਰਨ ਦੀ ਵਾਰੀ ਆਈ ਹੈ ਲਾਸਟ ਜਿਕਰ ਵਲੌਗ ਦੇਖਿਓ ਵਲੌਗ ਪਤਾ ਨਹੀਂ ਕਿਹੋ ਜਿਹਾ ਹੋਊਗਾ ਪਰ ਲਾਸਟ ਜਿਕਰ ਵੇਖਿਓ ਲਾਸਟ ਤੱਕ ਵੇਖਿਓ ਤੇ ਗਰ ਸਵੇਰ ਦੀ ਭੱਜ ਦੌੜ ਕਰਕੇ ਕੰਨਾਂ ਨੂੰ ਹੱਥ ਲਾ ਕੇ ਮਾਰੇ ਖਾ ਹੋ ਜਾ ਜਵਾਕਾਂ ਨੇ ਜਾ ਕੇ ਅੱਗ ਲਾ ਦੇਣੀ ਅੱਗ ਲਾ ਦੇਣੀ ਪੁਰਾਣੇ ਦੇ ਵਿਆਹ ਨਹੀਂ ਹੋਵੇ ਆਹ ਬੰਦੇ ਦੀ ਗੱਲ ਸੁਣ ਲਓ ਆਹ ਇਹਦੇ ਵਿੱਚ ਰੁਕੋ ਇਹਦੇ ਵਿੱਚ ਦੋ ਲੜੀਆਂ ਹੁੰਦੀਆਂ ਨਾ ਤੇ ਅਸੀਂ ਇੱਕ ਇੱਕ ਕੱਢ ਕੇ ਚਲਾਈ ਚੱਲ ਸਾਡੀ ਬੇਕੋਫੀ ਸੀ ਅਸੀਂ ਇੱਕ ਇੱਕ ਕੱਢ ਕੇ ਚਲਾਈ ਕਿ ਚੱਲ ਇੱਕ ਨੂੰ ਬਾਅਦ ਚੋਂ ਅੱਗ ਲਾਵਾਂਗੇ ਤੇ ਇਹ ਜਵਾਨ ਨੇ ਕੋਈ ਸਪੋਰਟ ਨਹੀਂ ਦਿੱਤੀ ਕੋਈ ਕੁਛ ਨਹੀਂ ਤੇ ਇਹਨੇ ਅੱਗ ਲਾਤੀ ਉਹ ਸਾਰੀਆਂ ਘਰ ਦੇ ਵਿੱਚ ਹੀ ਥੱਲੇ ਚੱਲੀ ਜਾਣ ਇੰਨੀ ਕੁ ਭੀੜ ਘਰ ਦੇ ਵਿੱਚ ਇੱਕ ਮਿੰਟ ਦੇ ਵਿੱਚ ਇੱਕ ਮਿੰਟ ਦੇ ਵਿੱਚ ਕੋਈ ਨਹੀਂ ਦੱਸਿਆ ਡੀਜਿਆਂ ਨੂੰ ਕਦੀ ਕਿਸੇ ਦੇ ਬਿਸਤਰਿਆਂ ਨੂੰ ਆਹ ਸਾਡੀ ਨਾਨੀ ਖਾਣ ਦੀ ਪਾਣੀ ਨਹੀਂ ਮੈਂ ਨਜ਼ਰ ਰੱਖਣੀ ਆ ਥੋੜੀ ਥੋੜੀ ਹੋਰ ਥੋੜੀ ਜੀ ਹੋਰ ਭਰਾਵਾ ਖਾਣ ਆਏ ਆ ਹੋਰ ਰੱਖਾਂ 10-15 ਨਾਨੀ ਸਾਰਿਆਂ ਨੂੰ ਹੈਲੋ ਤਾਂ ਕਹਿ ਰਿਹਾ ਹੁਣ ਤਾਂ ਤੂੰ ਪਕੌੜੇ ਖਾਣ ਆਇਆ ਓਏ ਪਕੌੜੇ ਨਹੀਂ ਬਣਾਏ ਨਹੀਂ ਬਣਾਏ ਨਹੀਂ ਬਣਾਏ ਮਾਰਕਾਂ ਦੇ ਸਿਰ ਨਹੀਂ ਬਣਾਏ ਨਹੀਂ ਬਣਾਏ ਨਹੀਂ ਬਣਾਏ ਬਣਾਏ ਨਹੀਂ ਪਕੌੜੇ ਤਾਂ ਪਕੌੜੇ ਨਹੀਂ ਬਣਾਏ ਗੁਲਾਬ ਜਾਮ ਨੂੰ ਖਾਣੇ ਪਕੌੜੇ ਗੁਲਾਬ ਜਾਮ ਨੂੰ ਖਾਣੇ ਪਕੌੜੇ ਖਾਣੇ
ਪਕੌੜੇ ਫਿਰ ਅਸੀਂ ਬਣਾਉਣੇ ਨੀ ਗੁਲਾਬ ਜਾਮੁਨ ਨੂੰ ਦੋਵੇਂ ਨਹੀਂ ਦੇਣਗੇ ਫਿਰ ਚਲੋ ਰਹਿਣ ਦੋ ਪਕੌੜੇ ਪਕੌੜੇ ਕੈਂਸਲ ਨਹੀਂ ਬਣਾਉਣੇ ਨਾਨਕੇ ਸਾਡੇ ਜ਼ਿਆਦਾ ਆਏ ਉਹਨਾਂ ਖਾ ਜਾਣੇ ਨਹੀਂ ਬਣਾਉਣੇ ਨਾ ਗੋਭੀ ਤਾਂ ਮਹਿੰਗੀ ਬੜੀ ਅਸੀਂ ਲੈ ਗਈ ਨਹੀਂ ਆਏ ਨਹੀਂ ਉਹੀ ਕੱਟ ਕੇ ਤਾਂ ਰੱਖਿਆ ਹੋਏ ਨਾ ਪਾਲਕ ਵਾਲੇ ਗੋਭੀ ਲੈ ਕਿੱਥੇ ਗੋਭੀ ਵਾਲੇ ਫਰੈਂਚ ਫਰਾਈਜ਼ ਕਿੱਥੇ ਵੀ ਹੋਰ ਤੇਰੇ ਰੱਖੇ ਜਾਣ ਹੈਲੋ ਕਰ ਦੇ ਹੈਲੋ ਹੈਲੋ ਅਤੇ ਉਮੀਦ ਕਰਦੇ ਹਾਂ ਤੁਹਾਨੂੰ ਵਲੋਗ ਵਧੀਆ ਲੱਗਾ ਹੋਊਗਾ ਅਤੇ ਜਿਹਨੂੰ ਜਿਹਨੂੰ ਵਧੀਆ ਲੱਗਾ ਸਬਸਕ੍ਰਾਈਬ ਜ਼ਰੂਰ ਕਰੋ ਯਾਰ ਲਾਈਕ ਕਰੋ ਕਮੈਂਟ ਕਰਕੇ ਦੱਸੋ ਕਿੱਦਾਂ ਦਾ ਲੱਗਾ ਯਾਰ ਇੰਨਾ ਖਾਸ ਕੁਛ ਬਣ ਨਹੀਂ ਪਾਇਆ ਥੋੜ੍ਹੇ ਜਿਹੇ ਬਿਜ਼ੀ ਚੱਲਦੇ ਪਏ ਫਿਰ ਪਤਾ ਹੀ ਘਰ ਦੇ ਪ੍ਰੋਗਰਾਮ ਦੇ ਵਿੱਚ ਕੰਮ ਕਾਰ ਬਥੇਰੇ ਹੁੰਦੇ ਆ ਸੋ ਹੁਣ ਵੀ ਜ਼ਿਆਦਾ ਨਹੀਂ ਯਾਰ ਥੱਕੇ ਜਿਹੇ ਪਏ ਹਾਂ ਸੋ ਇੱਥੇ ਵਲੋਗ ਹੀ ਕਰਦੇ ਹਾਂ ਐਂਡਿੰਗ ਕਰਦੇ ਵਧੀਆ ਲੱਗੋ ਲਾਈਕ ਕਮੈਂਟ ਕਰਕੇ ਸ਼ੇਅਰ ਕਰਕੇ ਛੋਟਾ ਜਿਹਾ ਬਣਿਆ ਜ਼ਿਆਦਾ ਵੱਡਾ ਨਹੀਂ ਬਣਿਆ ਵਲੋਗ ਆਰੰਭ ਕਰਵਾਇਆ ਸੀ ਉਹ ਵੀ ਨਾਵੇਂ ਭੁੱਲਰ ਵਾਲੇ ਤੇ ਆ ਚੁੱਕਿਆ ਜਲਦੀ ਜਲਦੀ ਜਾ ਕੇ ਦੇਖੋ ਜਿਹਨੇ ਨਹੀਂ ਦੇਖਿਆ ਉਹ ਵੀ ਬਾਏ ਤੇ ਚਲੋ ਓਕੇ ਬਾਏ ਮਿਲਦੇ ਆਪਾਂ ਅਗਲੇ ਵਲੋਗ ਵਿੱਚ।